ਵਾਲੇ ਸਾਹਿਬ ਕਹਿੰਦਾ ਜਿੱਥੇ ਮਰਜ਼ੀ ਜਾ ਦੁਨੀਆ 'ਚ ਇੰਡੀਆ ਨਹੀਂ ਜਾਣਾ। ਓਕੇ ਗੱਲ ਬਾ ਉਹਨਾਂ ਦੇ ਕੁਛ ਦੋਸਤ ਯਾਰ ਇੰਪਰੈਸ਼ਨ ਹੈ, ਇੱਕ ਇੰਪਰੈਸ਼ਨ ਇਸ ਤਰ੍ਹਾਂ ਨਹੀਂ, ਇੱਕ ਇੰਪਰੈਸ਼ਨ ਨਹੀਂ ਉਹਨਾਂ ਦੀ ਜੋ ਕਹਿ ਲਓ ਸਮਝ ਲਓ ਕਿ ਜ਼ਿੰਦਗੀ ਦਾ ਉਹਨਾਂ ਨੇ ਤਜਰਬਾ। ਆਪ ਗਏ ਨੇ ਕਿੰਨੇ ਵਾਰੀ? ਆਪ ਗਏ ਨੇ ਕਿੰਨੇ ਵਾਰੀ? ਅਤੇ ਲਾਸਟ ਟਾਈਮ ਉਹਨਾਂ ਦੇ ਇੰਨੇ ਫੇਰੇ ਉਹਨਾਂ ਨੇ ਲਵਾਏ ਉਹਦੇ 'ਤੇ ਰਿਪੋਰਟਿੰਗ 'ਤੇ ਕਿ ਬਈ 7 ਦਿਨ ਕਿਸੇ ਇੱਕ ਸ਼ਹਿਰ ਕਲਕੱਤਾ ਸ਼ਾਇਦ ਕਦਰ ਕਿਹੜੀ ਸ਼ਹਿਰ 'ਚ ਰਹਿਣਾ ਸੀ, 7 ਦਿਨ ਉਹਨਾਂ ਨੇ ਐਂਟਰੀ ਨਹੀਂ ਪਾਉਣ ਦਿੱਤੀ ਉਹਨਾਂ ਨੂੰ। ਕੱਲ੍ਹ ਆਇਆ ਜੀ, ਕੱਲ੍ਹ ਆਇਆ ਜੇ 7 ਦਿਨ ਗਏ, ਆਖਰੀ ਦਿਨ ਕਿਹਾ ਤੁਹਾਡੀ ਮਿਹਰਬਾਨੀ ਮਹਾਰਾਜ ਕਿ ਮੇਰੀ ਐਂਟਰੀ ਵੀ ਪਾਓ ਅਤੇ ਮੇਰਾ ਐਗਜ਼ਿਟ ਵੀ ਪਾਓ, ਮੈਂ ਨਹੀਂ ਜਾਣ ਛੱਡ ਦਿਓ। ਅੱਛਾ, ਉਹ ਇਸ ਬਹੁਤ ਜ਼ਿਆਦਾ ਪਰੇਸ਼ਾਨੀ ਉਹ ਕਹਿੰਦੇ ਨੇ ਵੀ ਉੱਥੇ ਜਾ ਕੇ ਹੁੰਦੀ। ਅਤੇ ਬਟ ਜਿਤਨੀ ਵੀ ਬਾਤਾਂ ਆਪ ਬਤਾ ਰਹੇ ਹੈ ਸਾਰੀ ਚੀਜ਼ਾਂ ਮੈਂ ਸਮਝ ਰਹਾ ਹੂੰ। ਇੱਕ ਚੀਜ਼ ਆਪਸੇ ਔਰ ਸਮਝਣਾ ਚਾਹੂੰਗਾ ਕਿ ਜੈਸੇ ਆਪਨੇ ਕਿਹਾ ਕਿ ਹਿੰਦੁਸਤਾਨ ਇੱਕ ਪ੍ਰਿਓਰਟੀ ਮੇਂ ਹੈ ਕਿ ਵਹਾਂ ਮੈਨੇ ਉਸ ਮੁਲਕ ਮੇਂ ਘੁੰਮਨੇ ਜਾਣਾ ਹੈ। ਬਿਲਕੁਲ, ਉਸ ਮੁਲਕ ਹਿੰਦੁਸਤਾਨ ਮੇਂ ਕਿਆ ਕੁਛ ਹੈ ਉਸ ਬਾਤ ਕੀ ਸਮਝ ਸ਼ਾਇਦ ਆਪਕੋ ਇਸ ਬਾਤ ਸੇ ਆਏਗੀ ਕਿ ਮੈਂ ਇੱਕ ਮੁਸਲਮਾਨ ਹੂੰ, ਬਿਲਕੁਲ ਜੰਮੂ ਕਸ਼ਮੀਰ ਕਾ ਰਹਿਣੇ ਵਾਲਾ ਹੂੰ। ਮੈਨੇ ਕਰਤਾਰਪੁਰ ਕੋਰੀਡੋਰ ਕੇ ਵੀਜ਼ਾ ਕੇ ਲਈ ਅਪਲਾਈ ਕੀਆ। ਮੇਰੀ ਹਕੂਮਤ ਨੇ ਮੁਝਸੇ ਨਹੀਂ ਪੂਛਾ ਕਿਉਂ ਜਾਣਾ ਚਾਹਤੇ ਹੋ, ਕਿਸ ਲਈ ਜਾਣਾ ਚਾਹਤੇ ਹੋ, ਨਾ ਹੀ ਉਸ ਤਰਫ ਸੇ ਮੁਝੇ ਕਿਸੀ ਨੇ ਰੋਕਾ, ਔਰ ਨਾ ਹੀ ਜਿਤਨੀ ਵੀ ਸਿੱਖ ਸੰਗਤ ਹੈ ਉਸਮੇਂ ਸੇ ਕਿਸੀ ਨੇ ਮੁਝੇ ਕਿਹਾ ਕਿ ਆਪ ਯਹਾਂ ਕਿਆ ਕਰ ਰਹੇ ਹੈਂ। ਤੋ ਇਸਸੇ ਆਪਕੋ ਸਮਝ ਮੇਂ ਆਏਗਾ ਕਿ ਹਿੰਦੁਸਤਾਨ ਮੇਂ ਵੀ ਮਾਹੌਲ ਬਹੁਤ ਅੱਛਾ ਹੈ, ਬਹੁਤ ਖੂਬਸੂਰਤ ਹੈ, ਲੋਕ ਬਹੁਤ ਅੱਛੇ ਹੈ, ਜੈਸਾ ਕੁਛ ਆਪ ਸੁਣਤੇ ਹੈ ਟੈਲੀਵਿਜ਼ਨ ਸੇ ਸ਼ਾਇਦ ਐਸਾ ਨਹੀਂ। ਅਗਰ ਐਸਾ ਹੋਤਾ ਤੋ ਆਜ ਮੈਂ ਕਰਤਾਰਪੁਰ ਮੇਂ ਪਾਕਿਸਤਾਨ ਮੇਂ ਮੈਂ ਖੜਾ ਨਹੀਂ ਹੋਤਾ, ਮੈਂ ਰਿਆਸਤ ਜੰਮੂ ਕਸ਼ਮੀਰ ਕਾ ਬਾਸ਼ਿੰਦਾ ਹੂੰ। ਤੋ ਆਪਸੇ ਜਾਨਣਾ ਚਾਹੂੰਗਾ ਕਿ ਯੇ ਮੈਨੇ ਆਪਕੋ ਬਤਾਇਆ ਮੇਰਾ ਆਪਣਾ ਐਕਸਪੀਰੀਅੰਸ ਕਿ ਮੁਝੇ ਕਿਸੀ ਨੇ ਨਹੀਂ।